ਬੱਚਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਕੁਲਵੰਤ ਸਿੰਘ। ਇਸ ਵਕਤ ਫਿਰ ਅਸੀਂ ਅੱਜ ਤੋਂ ਖੜ੍ਹੇ ਹਾਂ ਏਕਜੋਰ ਵੈਲਫੇਅਰ ਸੇਵਾ ਸੁਸਾਇਟੀ, ਜਿਨ੍ਹਾਂ ਦਾ ਲਗਾਤਾਰ ਪੂਰੇ ਲੁਧਿਆਣੇ ਦੇ ਵਿੱਚ ਜਿੱਥੋਂ ਜਿੱਥੋਂ ਕਾਲਾਂ ਆਉਂਦੀਆਂ ਉੱਥੇ ਉੱਥੇ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਵਾ। ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਵਾ। ਆਓ ਆਪਾਂ ਪਹਿਲਾਂ ਪ੍ਰਸ਼ਾਸਨ ਨਾਲ ਗੱਲ ਕਰਦੇ ਹਾਂ। ਸ਼੍ਰੀਮਾਨ ਜੀ, ਜਿਹੜਾ ਅੱਜ ਇੱਥੇ ਲੰਗਰ ਦੀ ਵਿਵਸਥਾ ਇਹਨਾਂ ਵੱਲੋਂ ਕਰਵਾਈ ਜਾ ਰਹੀ ਆ, ਉਹਨਾਂ ਦੇ ਬਾਰੇ ਦੱਸੋਗੇ ਸਭ ਨੂੰ? ਸਤਿ ਸ਼੍ਰੀ ਅਕਾਲ ਜੀ, ਮੈਂ ਸਭ ਦਾ ਧੰਨਵਾਦ ਕਰਦਾ ਜੀ ਅਤੇ ਜਿਹਨਾਂ ਨੇ ਇਸ ਮਾੜੇ ਟਾਈਮ ਦੇ ਵਿੱਚ ਬਹੁਤ ਸਾਥ ਦਿੱਤਾ ਜੀ ਅਤੇ ਜੋ ਪਬਲਿਕ ਨੂੰ ਪ੍ਰਸ਼ਾਸਨ ਦੇ ਥਰੂ ਜ਼ਰੂਰੀ ਵਸਤਾਂ ਲੰਗਰ ਵਗੈਰਾ ਜੋ ਮੁਹੱਈਆ ਕਰਾ ਰਹੇ ਜੀ, ਇਹਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ। ਇਹ ਲੰਗਰ ਜਿਹੜਾ ਅੱਜ ਜਾ ਸੰਗਤ ਲਈ ਤਿਆਰ ਹੋ ਕੇ ਜਾ ਰਿਹਾ ਜੀ, ਵਰਤਾਉਣ ਲਈ ਚੱਲੇ ਨੇ ਜੀ ਹੁਣ। ਉਹਦੇ ਬਾਅਦ ਜੋ ਵੀ ਇਹਨਾਂ ਨੇ ਸਾਨੂੰ ਵੀ ਕਿਹਾ ਵੀ ਜੋ ਸਾਨੂੰ ਤੁਸੀਂ ਸੇਵਾ ਲਾਓਗੇ ਵੀ ਅਸੀਂ ਉਹਦੀ ਤਿਆਰ ਹਾਂ ਜੀ। ਬਾਕੀ ਅਸੀਂ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢੇ ਲਾ ਕੇ ਖੜ੍ਹੇ ਹਾਂ ਜੀ, ਦਿਨ ਦੁੱਗਣੀ ਰਾਤ ਚੌਗਣੀ ਪਰਮਾਤਮਾ ਇਹਨਾਂ ਦਾ ਬਲ ਬਖਸ਼ੇ ਸੱਚੇ ਪਾਤਸ਼ਾਹ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਹਿੰਮਤ ਬਖਸ਼ੇ, ਬਲ ਬਖਸ਼ੇ ਸੱਚੇ ਪਾਤਸ਼ਾਹ ਜੀ, ਤੰਦਰੁਸਤੀ ਬਖਸ਼ੇ ਜੀ। ਕਰਦੇ ਸ਼ੋਰ ਹੁਣ ਤਾਂ ਯੂਥ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜੀ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਪ੍ਰਧਾਨ ਜੀ, ਜਿਹੜਾ ਅੱਜ ਤੁਹਾਡੇ ਵੱਲੋਂ ਲਗਾਤਾਰ 7 ਦਿਨ ਤੋਂ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਵਾ, ਇਸ ਬਾਰੇ ਦੱਸੋਗੇ ਸਰ? ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਜੋਤੀਤ ਵੈਲਫੇਅਰ ਸੁਸਾਇਟੀ ਦੁਆਰਾ ਅੱਜ 6ਵਾਂ ਦਿਨ ਚੱਲ ਰਿਹਾ ਲੰਗਰ ਦਾ ਆਪਣਾ, ਔਰ ਹਰੇਕ ਏਰੀਏ 'ਚ ਲੰਗਰ ਜਾ ਰਿਹਾ। ਜਿੱਥੋਂ ਸਾਨੂੰ ਕੋਲਾਂ ਆ ਰਹੀਆਂ, ਅੱਜ ਮੈਡਮ ਨੂੰ ਅਟੈਂਡ ਕਰ ਰਹੇ ਕੋਲਾਂ, ਜਿੱਥੋਂ ਜਿੱਥੋਂ ਫੋਨ ਆ ਰਹੇ, ਹੁਣ ਵੀ ਗਿੱਲ ਚੌਂਕ ਤੋਂ ਫੋਨ ਆਇਆ ਤਾਂ ਅਸੀਂ ਉੱਧਰ ਗੱਡੀ ਲੈ ਕੇ ਜਾ ਰਹੇ ਹਾਂ। ਤਕਰੀਬਨ ਸਾਡੀਆਂ 10 ਗੱਡੀਆਂ ਹਰੇਕ ਏਰੀਏ 'ਚ ਆਪਣਾ ਖਾਣਾ ਲੈ ਕੇ ਜਾ ਰਹੀਆਂ ਕਿ ਕੋਈ ਵੀ ਪਰਿਵਾਰ, ਕੋਈ ਬੱਚਾ ਭੁੱਖਾ ਨਾ ਸੋਵੇ। ਰਾਤ ਨੂੰ ਕੋਲਾਂ ਆਉਂਦੀਆਂ, ਕੋਈ ਦੁੱਧ ਕਰਕੇ ਬੱਚਾ ਰੋ ਰਿਹਾ ਅਤੇ ਰਾਤ ਨੂੰ ਵੀ ਦੁੱਧ ਮੁਹੱਈਆ ਕਰਵਾਇਆ ਜਾ ਰਿਹਾ। ਲੰਗਰ ਜਿੱਥੋਂ ਕਹੋ, ਕੋਈ ਏਰੀਆ ਨਹੀਂ ਸਾਡਾ ਜਿੱਥੋਂ ਸਾਨੂੰ ਫੋਨ ਆਵਾ, ਅਸੀਂ ਉੱਥੇ ਪਹੁੰਚ ਰਹੇ ਹਾਂ ਇਸ ਟਾਈਮ। ਸਰ, ਜਿਸ ਤਰ੍ਹਾਂ ਗਰੀਬ ਪਰਿਵਾਰ ਆਪਣੇ ਘਰਾਂ ਨੂੰ ਪੈਦਲ ਜਾ ਰਿਹਾ, ਉਹਨਾਂ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਹੋ? ਬਿਲਕੁਲ ਜੀ, ਸਾਡਾ ਕੋਈ ਇਹ ਨਹੀਂ ਹੈ ਕਿ ਕੌਣ ਖਾ ਰਿਹਾ, ਕੋਈ ਪ੍ਰਵਾਸੀ ਮਜ਼ਦੂਰ ਹੈ ਜਾਂ ਕੋਈ ਵੱਡਾ, ਕੋਈ ਲੈਣ ਲੋੜ ਹੈ, ਜਿਹਦੇ ਮੂੰਹ 'ਚ ਗੁਰੂ ਦਾ ਲੰਗਰ ਪੈ ਜਾਵੇ ਉਹਨੂੰ ਅਸੀਂ ਦੇ ਰਹੇ ਹਾਂ। ਸਿੱਧੂ ਭਾਅ ਜੀ, ਕਰ ਦਿਓ ਧਿਆਨ ਇੱਧਰ ਕਰੋ ਤੁਸੀਂ, ਕਿੱਧਰ ਗਲੀਆਂ ਦੇ ਵਿੱਚ ਝੁੰਡ ਬਣਾ ਕੇ ਲੋਕ ਖੜ੍ਹੇ ਨੇ। ਸ਼ਿਮਲਾਪੁਰੀ ਦੇ ਵਿੱਚ ਵੀ ਕਰੋਨਾ ਵਾਇਰਸ ਨੇ ਆਪਣੇ ਪੈਰ ਜਮਾ ਲਿੱਤੇ ਨੇ, ਵੀ ਇੱਕ ਲੇਡੀਜ਼ ਦੀ ਕੱਲ੍ਹ ਡੈਥ ਹੋ ਚੁੱਕੀ ਕਰੋਨਾ ਵਾਇਰਸ ਤੋਂ ਹੀ, ਅਤੇ ਤੁਸੀਂ ਇਸ ਬਾਰੇ ਦੱਸੋਗੇ? ਮੈਂ ਤਾਂ ਉਸ ਜਨਤਾ ਨੂੰ ਕਹਾਂਗਾ ਕਿ ਬਿਲਕੁਲ ਕੀ ਇਹ ਬੇਵਕੂਫੀ ਨਾ ਅਪਣਾਓ ਕਿ ਆਪਣਾ ਸ਼ਹਿਰ ਦਾ ਸ਼ਹਿਰ ਖਤਮ ਹੋ ਜਾਏਗਾ। ਅੱਜ ਜੋ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਡਿਊਟੀਆਂ ਲੱਗੀਆਂ ਹੋਈਆਂ, ਸਾਡੇ ਵੀਰ ਪੁਲਿਸ ਵਾਲੇ ਅਤੇ ਮੈਡੀਕਲ ਅਫੀਸਰ ਜਿਹੜੇ ਹੈ ਅਤੇ ਉਸ ਤੋਂ ਬਾਅਦ ਸਫਾਈ ਕਰਮਚਾਰੀ, ਸਾਡੀ ਸੇਫਟੀ ਵਾਸਤੇ ਹੀ ਰੋਡ ਦੇ ਉੱਤੇ ਹੈਗੇ ਹੈ, ਅਤੇ ਇਹਨਾਂ ਦਾ ਆਪਾਂ ਸਹਿਯੋਗ ਕਰੀਏ ਅਤੇ ਸਾਨੂੰ ਬਚਾਉਣ ਲਈ ਸਾਨੂੰ ਇੱਕ ਕਹਿ ਰਿਹਾ ਕਿ ਆਪਾਂ ਘਰਾਂ ਦੇ ਵਿੱਚ ਬੈਠੀਏ, ਅੱਜ ਅਸੀਂ ਨਿਕਲਾਂਗੇ ਅਤੇ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਉਹ ਨਹੀਂ ਹੈ, ਸਾਡਾ ਪੰਜਾਬ ਖਤਮ ਹੋ ਜਾਏਗਾ। ਪਹਿਲਾਂ ਕਹਿੰਦੇ ਸੀ ਪੰਜਾਬ ਨਸ਼ਿਆਂ ਦਾ ਦਰਿਆ, ਨਸ਼ੇ ਨਾਲ ਖਤਮ ਹੋ ਰਿਹਾ, ਪਰ ਇਸ ਟਾਈਮ ਜਿਹੜਾ ਕਰੋਨਾ ਵਾਇਰਸ ਹੈ, ਕਰੋਨਾ ਵਾਇਰਸ ਨਾਲ ਖਤਮ ਹੋ ਰਿਹਾ, ਪਰ ਜਿਹੜੀ ਆਮ ਜਨਤਾ ਸਾਡੀ ਇੱਥੇ ਆ ਉਹ ਸਮਝ ਨਹੀਂ ਰਹੀ ਹੈ। ਅੱਜ ਵੀ ਗਲੀਆਂ 'ਚ ਕ੍ਰਿਕਟ ਖੇਲਿਆ ਜਾ ਰਿਹਾ, ਗਲੀਆਂ ਦੇ ਬਾਹਰ ਨੁੱਕੜਾਂ 'ਤੇ ਬੈਠੇ ਹੋਏ ਨੇ ਟੋਲੀਆਂ ਬਣਾ ਬਣਾ, ਉਹ ਇਸ ਟਾਈਮ ਜੋ ਪੁਲਿਸ ਪ੍ਰਸ਼ਾਸਨ ਨੂੰ ਇਹ ਸਮਝ ਰਹੇ ਕਿ ਅਸੀਂ ਇਹ ਬੇਵਕੂਫ ਲੱਗੇ ਹੋਏ ਨੇ, ਬਟ ਇਹ ਜਿਹੜੇ ਦਿਨ ਰਾਤ ਸਾਡੀ ਸੇਫਟੀ ਦੇ ਲਈ ਲੱਗੇ ਹੋਏ ਆ, ਸਾਨੂੰ ਇਹਦਾ ਸਾਥ ਦੇਣਾ ਚਾਹੀਦਾ। ਅਸੀਂ ਇਹੋ ਜਿਹੀ ਬੇਵਕੂਫੀ ਨਾ ਕਰੀਏ ਕਿ ਆਪਣਾ ਸਮਾਜ ਨੂੰ ਖਤਮ ਕਰ ਬੈਠੇ। ਜਿਹੜੇ ਲੋਕ ਨਹੀਂ ਇਹ ਸਮਝਦੇ ਪ੍ਰਸ਼ਾਸਨ ਨੂੰ ਕੀ, ਉਹਨਾਂ ਵਾਸਤੇ ਕਦਮ ਚੱਕਣੇ ਚਾਹੀਦੇ? ਮੈਂ ਤਾਂ ਪ੍ਰਸ਼ਾਸਨ ਵਾਲੇ ਕੋਲ ਬੇਨਤੀ ਕਰੂੰਗਾ ਕਿ ਪਹਿਲੀ ਵਾਰ ਉਹਨਾਂ ਨੂੰ ਸਮਝਾਇਆ ਜਾਵੇ, ਦੂਸਰੀ ਵਾਰਨਿੰਗ, ਤੀਸਰੀ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਕਿ ਇੱਕ ਬੰਦੇ ਦੇ ਕਾਰਨ ਪੂਰਾ ਸਮਾਜ ਖਤਮ ਨਾ ਹੋਵੇ। ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਉੱਤੇ? ਦੇਖੋ ਜੀ, ਜੇ ਜਨਤਾ ਨਹੀਂ ਮੰਨਦੀ ਹੈ ਤਾਂ ਉਹਨਾਂ ਉੱਤੇ ਜੋ ਵੀ ਕੋਈ ਬਣਦੀ ਕਾਰਵਾਈ, FIR ਜੋ ਵੀ ਹੈ, ਇੱਕ ਵਾਰ ਉਹਨੂੰ ਸਬਕ ਆਉਣਾ ਚਾਹੀਦਾ ਕਿ ਪੁਲਿਸ ਪ੍ਰਸ਼ਾਸਨ ਤੁਹਾਡੇ ਵਾਸਤੇ ਬਣੀ ਹੈ ਔਰ ਤੁਹਾਨੂੰ ਹੀ ਸੰਭਾਲ ਕਰ ਰਹੀ ਹੈ ਔਰ ਤੁਸੀਂ ਉਹਨਾਂ ਦਾ ਸਾਥ ਦਿਓ। ਜਿਹੜੇ ਵੀ ਵੀਰ ਜੀ ਇੱਥੇ NRI ਲੋਕ ਆ ਕੇ ਲੁੱਕ ਕੇ ਰਹਿ ਰਹੇ ਨੇ, ਉਹਨਾਂ ਬਾਰੇ ਤੁਸੀਂ ਦੱਸ ਸਕਦੇ ਹੋ ਵੀ ਪੁਲਿਸ ਪ੍ਰਸ਼ਾਸਨ ਦੀ ਦੂਸਰੇ ਲੋਕ ਕਿਸ ਤਰ੍ਹਾਂ ਮਦਦ ਕਰ ਸਕਦੇ ਨੇ? ਮੈਂ ਤਾਂ ਉਸ ਪਰਿਵਾਰਾਂ ਨੂੰ ਇੱਕ ਬੇਨਤੀ ਹੀ ਕਰ ਸਕਦਾ ਕਿ ਹੱਥ ਜੋੜ ਕੇ ਕਿ ਅਗਰ ਤੁਸੀਂ ਬਾਹਰੋਂ NRI ਵੀਰ ਇੱਥੇ ਆ ਰਹੇ ਹੈ ਅਤੇ ਤੁਸੀਂ ਦੇਖੋ ਤੁਹਾਡੀ ਡਿਊਟੀ ਤੁਹਾਡੇ ਵਾਸਤੇ ਪੁਲਿਸ ਪ੍ਰਸ਼ਾਸਨ ਲੱਗਾ ਹੋਇਆ, ਤੁਸੀਂ ਇਨਫੋਰਮੇਸ਼ਨ ਕਰੋ, ਤੁਹਾਨੂੰ ਲੈ ਕੇ ਜਾਣਗੇ, ਤੁਹਾਡੇ ਟੈਸਟ ਕਰਵਾਉਣਗੇ ਕਿ ਤੁਹਾਡੀ ਛੋਟੀ ਜਿਹੀ ਗਲਤੀ ਦੇ ਕਾਰਨ ਪੂਰਾ ਸਮਾਜ ਖਰਾਬ ਨਾ ਹੋਵੇ। ਜਿਵੇਂ ਕਹਿੰਦੇ ਨਾ ਇੱਕ ਮੱਛਲੀ ਪੂਰਾ ਤਲਾਬ ਗੰਦਾ ਕਰਦੀ ਹੈ, ਅਤੇ ਇੱਕ NRI ਵੀਰ ਜਿਹੜਾ ਛੁੱਪ ਕੇ ਬੈਠਾ ਹੋਵੇ, ਮੇਰੀ ਗੁਜ਼ਾਰਿਸ਼ ਹੈ ਉਹਨਾਂ ਮੱਲਿਆਂ ਵਾਲਿਆਂ ਵਾਸਤੇ ਵੀ ਕਿ ਅਗਰ ਤੁਹਾਨੂੰ ਕੋਈ ਇਹੋ ਜਿਹਾ ਪਰਿਵਾਰ ਦਿਖਦਾ ਜਿਹੜਾ ਕੋਈ NRI ਵੀਰ ਹੈਗਾ ਜਾਂ ਕੋਈ ਭੈਣ ਬਾਹਰੋਂ ਆਈ ਹੈ ਨਹੀਂ ਦੱਸ ਰਹੇ ਹੈ, ਸਾਡੇ ਨਾਲ ਕੰਟੈਕਟ ਕਰ ਲਓ। ਮੇਰਾ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ, 84450 79000, 8545079000, ਕਿ ਅਸੀਂ ਆਪਣਾ ਸਮਾਜ ਬਚਾਉਣਾ ਨਾ ਕਿ ਆਪਾਂ ਆਪਣਾ ਸਮਾਜ ਨੂੰ ਡੁਬਾਉਣਾ। ਰਿਸ਼ਤੇਦਾਰੀਆਂ ਛੱਡ ਦਿਓ, ਅੱਜ ਇੱਕ ਬੰਦੇ ਦੇ ਕਰਕੇ ਪੂਰੇ ਦੇ ਪੂਰਾ ਏਰੀਆ ਤਬਾਹ ਹੋ ਜਾਏਗਾ। ਮੇਰੀ ਗੁਜ਼ਾਰਿਸ਼ ਆ ਫਿਰ ਉਹਨਾਂ ਵੀਰਾਂ ਅੱਗੇ ਕਿ ਜੋ ਬਾਹਰੋਂ ਆਏ ਨੇ,
ਆਪਣਾ ਆ ਕੇ ਹੀ ਆਪਣੇ ਟੈਸਟ ਕਰਵਾਉਣ ਅਤੇ ਉਸ ਤੋਂ ਬਾਅਦ ਸੇਫ ਹੋ ਕੇ ਆਪਣੇ ਘਰ ਜਾਣ। ਜਿਹੜੇ ਸਰ ਘਰੋਂ ਬਾਹਰ ਨਹੀਂ ਨਿਕਲਦੇ ਉਹਨਾਂ ਦਾ ਪਰਿਵਾਰ ਵੀ ਨਹੀਂ ਉਹਨਾਂ ਨੂੰ ਨਿਕਲਣ ਦੇ ਰਿਹਾ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਤਾਂ ਦੇਖੋ ਪਹਿਲੀ ਤਾਂ ਮੈਂ ਇਹੀ ਗੱਲ ਕਹਾਂਗਾ, ਪਹਿਲੀ ਤਾਂ ਸਾਡੇ ਵੱਲੋਂ ਉਹਨਾਂ ਦੀ ਬੇਨਤੀ ਹੈ, ਨਹੀਂ ਤਾਂ ਐਨ ਜੀ ਓ ਵੱਲੋਂ ਉਹਨੂੰ ਵਾਰਨਿੰਗ ਵੀ ਹੈਗੀ ਹੈ, ਅਗਰ ਤਾਂ ਉਹ ਪਿਆਰ ਨਾਲ ਬਾਹਰ ਆਉਣਗੇ ਨਹੀਂ ਤਾਂ ਆਪਾਂ ਦੂਸਰੇ ਢੰਗ ਨਾਲ ਵੀ ਬਾਹਰ ਲੈ ਕੇ ਆਵਾਂਗੇ ਕਿ ਸਮਾਜ ਖਤਮ ਨਾ ਹੋਵੇ। ਕਿਉਂਕਿ ਅਸੀਂ ਬੇਨਤੀ ਕਰਦੇ, ਵਾਰ ਵਾਰ ਬੇਨਤੀ ਕਰ ਰਹੇ ਹਾਂ, ਜਿੰਨਾ ਸਮਾਜ ਅੱਜ ਐਨ ਜੀ ਓ ਸਾਰੀਆਂ ਰੋਡ ਦੇ ਉੱਤੇ ਨਿਕਲੀਆਂ ਹੋਈਆਂ ਤੁਹਾਡੇ ਵਾਸਤੇ ਨਿਕਲੀਆਂ ਹੋਈਆਂ ਕਿ ਘਰੇ ਕੋਈ ਭੁੱਖਾ ਨਾ ਸੋਵੇ, ਕੋਈ ਦਵਾਈ ਤੋਂ ਬਿਨਾਂ ਨਾ ਰਹੇ, ਕਿਸੇ ਨੂੰ ਕੋਈ ਬਿਮਾਰੀ ਨਾ ਹੋ ਜਾਵੇ। ਅਤੇ ਜੇ ਫਿਰ ਵੀ ਤੁਸੀਂ ਨਾ ਸਮਝੋਗੇ ਤਾਂ ਮੈਂ ਇਸ ਤੁਹਾਨੂੰ ਪਹਿਲਾਂ ਬੇਨਤੀ ਸੀ, ਦੂਸਰੀ ਮੇਰੀ ਵਾਰਨਿੰਗ ਹੈ ਕਿ ਪੂਰੀ ਐਨ ਜੀ ਓ ਤੁਹਾਡੇ ਘਰੇ ਪਹੁੰਚੇਗੀ ਔਰ ਇਸ ਤੁਹਾਨੂੰ ਅਸੀਂ ਘਰੋਂ ਲੈ ਕੇ ਜਾਵਾਂਗੇ, ਤੁਹਾਡੀ ਬਿਮਾਰੀ ਚਾਹੇ ਸਾਨੂੰ ਲੱਗ ਜਾਵੇ ਪਰ ਆਪਾਂ ਸਮਾਜ ਨੂੰ ਗੰਦਾ ਨਹੀਂ ਹੋਣ ਦੇਵਾਂਗੇ। ਥੈਂਕ ਯੂ, ਧੰਨਵਾਦ। ਚਲੋ ਚਲੋ।